ਮੌਲਾ ਅਲੀ ਦੀ ਵਾਲਦਾ ਫਰਮਾਉਂਦੀਆਂ ਨੇ ਕਮਲੀ ਵਾਲੇ ਜਦੋਂ ਵੀ ਤਸ਼ਰੀਫ ਲੈ ਕੇ ਆਉਂਦੇ ਨਾ ਆਪ ਉੱਠ ਕੇ ਖੜੀ ਹੋ ਜਾਂਦੀਆਂ। ਇੱਕ ਦਿਨ ਕਮਲੀ ਵਾਲੇ ਨੇ ਫਰਮਾਇਆ, ਚਾਚੀ ਜੀ ਤੁਸੀਂ ਉੱਠ ਕੇ ਨਾ ਖੜੀਆਂ ਹੋਇਆ ਕਰੋ, ਤੁਸੀਂ ਮੇਰੀ ਚਾਚੀ ਵੀ ਲੱਗਦੀ ਹੋ ਅਤੇ ਮੇਰੀ ਮਾਂ ਵੀ ਹੋ, ਮੇਰੀ ਮਾਂ ਤੋਂ ਬਾਅਦ ਤੁਸਾਂ ਮੈਨੂੰ ਪਾਲਿਆ। ਚਾਚੀ ਜੀ ਜਦੋਂ ਮਾਂ ਆ ਜਾਵੇ ਫਿਰ ਬੱਚੇ ਉੱਠ ਕੇ ਖੜੇ ਹੁੰਦੇ ਨੇ, ਬੱਚੇ ਆ ਜਾਵਣ ਮਾਵਾਂ ਨਹੀਂ ਉੱਠ ਕੇ ਖੜੀ ਹੁੰਦੀਆਂ। ਮੌਲਾ ਅਲੀ ਦੀ ਵਾਲਦਾ ਫਰਮਾਉਂਦੀਆਂ ਨੇ ਕਮਲੀ ਵਾਲਿਆ, ਮੈਂ ਹੋਰੇ ਨਾ ਹੀ ਉੱਠ ਕੇ ਖਲੋਂਦੀ, ਪਰ ਆ ਜਿਹੜਾ ਮੇਰੇ ਪੇਟ ਦੇ ਅੰਦਰ ਬੱਚਾ ਹੋਏ, ਮੇਰੇ ਪੇਟ ਦੇ ਅੰਦਰ ਹੀ ਸੁਕੜ ਜਾਂਦਾ ਹੋਏ, ਨਾਲੇ ਆਂਦਾ ਅੰਮਾ ਉੱਠ ਕੇ ਖਲੋ ਜਾ, ਉਹ ਵੇਖ ਤੇ ਸਹੀ ਨਬੀਆਂ ਦਾ ਇਮਾਮ ਪਿਆ ਆਉਂਦਾ। ਅੰਮਾ ਵੇਖ ਤੇ ਸਹੀ ਨਬੀਆਂ ਦਾ ਇਮਾਮ ਪਿਆ ਆਉਂਦਾ ਏ। ਇੱਕ ਦਿਨ ਮੇਰੇ ਮੁਸਤਫਾ ਕਰੀਮ ਆਪਣੀ ਚਾਚੀ ਦੇ ਨਾਲ ਕਾਬੇ ਦਾ ਤਵਾਫ ਪੇ ਕਰਦੇ ਨੇ, ਇੱਕ ਚੱਕਰ ਪੂਰਾ ਕੀਤਾ, ਦੂਸਰਾ ਚੱਕਰ ਪੂਰਾ ਕੀਤਾ, ਤੀਸਰਾ ਚੱਕਰ ਪੂਰਾ ਕੀਤਾ, ਜਿਹੜੇ ਵੇਲੇ ਚੌਥੇ ਚੱਕਰ ਦੀ ਵਾਰੀ ਆਈ ਕਮਲੀ ਵਾਲੇ ਨੇ ਆਪਣੀ ਚਾਚੀ ਵੱਲ ਵੇਖਿਆ, ਚਿਹਰੇ ਦੇ ਉੱਤੇ ਬੁਝੇ ਬੁਝੇ ਅਸਾਰ ਨੇ। ਮੇਰੇ ਕਮਲੀ ਵਾਲੇ ਨੇ ਫਰਮਾਇਆ, ਚਾਚੀ ਦੀ ਖੈਰ ਏ, ਅੱਜ ਕੀਤੀ ਪੁੱਤਰਾ, ਮੈਨੂੰ ਇੰਜ ਪਿਆ ਲੱਗਦਾ ਏ ਜਿਵੇਂ ਮੇਰੇ ਪੁੱਤਰ ਦੇ ਆਉਣ ਦਾ ਵੇਲਾ ਹੋ ਗਿਆ ਏ। ਮੇਰੇ ਲਜਪਾਲ ਨਬੀ ਨੇ ਫਰਮਾਇਆ, ਚਾਚੀ ਜੀ ਜਲਦੀ ਕਰੋ, ਕਾਬੇ ਦੇ ਤਵਾਫ ਪੂਰੇ ਕਰੋ, ਅੱਜ ਕੀਤੀ ਪੁੱਤਰਾ, ਤਵਾਫ ਪੂਰਾ ਨਹੀਂ ਕੀਤਾ ਜਾਣਾ। ਮੇਰੇ ਲਜਪਾਲ ਨਬੀ ਨੇ ਫਰਮਾਇਆ, ਚਾਚੀ ਜੀ ਫਿਰ ਇੰਜ ਕਰੋ, ਘਰ ਲੱਗੀਆਂ ਜਾਓ, ਅੱਜ ਕੀਤੀ ਪੁੱਤਰਾ, ਘਰ ਵੀ ਨਹੀਂ ਜਾਇਆ ਜਾਣਾ। ਅਚਾਨਕ ਕਾਬੇ ਦੀ ਦੀਵਾਰ ਫਟ ਗਈ ਤੇ ਨਾਲੇ ਅੰਦਰੋਂ ਆਵਾਜ਼ ਆਈ, ਆਪਣੇ ਘਰ ਨਹੀਂ ਜਾ ਸਕਦੀ, ਆ ਜਾ ਸਾਡੇ ਘਰ ਆ ਜਾ, ਆਪਣੇ ਘਰ ਨਹੀਂ ਜਾ ਸਕਦੀ, ਆ ਜਾ ਸਾਡੇ ਘਰ ਆ ਜਾ। ਅੱਲਾਹੁ ਅਕਬਰ ਕਬੀਰਾ, ਕਿੰਨੀਆਂ ਕੁ ਸ਼ਾਨਾਂ ਵਾਲਾ ਹੋਏਗਾ ਜਿਹਦੀ ਵਿਲਾਦਤ ਕਾਬੇ ਦੇ ਅੰਦਰ ਹੋਈ। ਅੱਲਾਹੁ ਅਕਬਰ ਕਬੀਰਾ। ਮੁਸਲਮਾਨੋ, ਹਜ਼ਰਤ ਈਸਾ ਅਲੈਹਿ ਸਲਾਤੁ ਸਲਾਮ ਦਾ ਜਦੋਂ ਵਿਲਾਦਤ ਦਾ ਵੇਲਾ ਆਇਆ ਨਾ, ਉਹਨਾਂ ਦੀ ਵਿਲਾਦਤ ਦਾ ਵੇਲਾ ਆਇਆ, ਹਜ਼ਰਤ ਮਰੀਮ ਆਪ ਕਾਬੇ ਦੇ ਅੰਦਰ ਬੈਠੀਆਂ ਨੇ ਇਤਕਾਫ ਦੇ ਉੱਤੇ। ਵਿਲਾਦਤ ਦਾ ਵੇਲਾ ਆਇਆ, ਅੱਲਾ ਨੇ ਫਰਮਾਇਆ, ਮਰੀਮ ਜੀ ਰੱਬਾ, ਫਰਮਾਇਆ ਜ਼ਰਾ ਕਿਬਲੇ ਚੋਂ ਬਾਹਰ ਆ ਜਾਓ। ਫਰਮਾਇਆ ਰੱਬਾ ਕਿੱਥੇ ਜਾਵਾਂ? ਫਰਮਾਇਆ ਉਹ ਖਜੂਰ ਦੇ ਸਾਏ ਦੇ ਥੱਲੇ ਆ ਕੇ ਈਸਾ ਨੂੰ ਜਨਮ ਦਿਓ। ਅੱਲਾਹੁ ਅਕਬਰ ਕਬੀਰ। ਅੱਲਾਹ ਤਾਲਾ ਨੇ ਕੁਰਾਨੇ ਮਜੀਦ ਦੇ ਅੰਦਰ ਇਰਸ਼ਾਦ ਫਰਮਾਇਆ, ਈਸਾ ਦੀ ਵਿਲਾਦਤ ਦਾ ਵੇਲਾ ਆਇਆ, ਉਹਨਾਂ ਦੀ ਮਾਂ ਕਾਬੇ ਦੇ ਅੰਦਰ ਨੇ, ਹੁਕਮ ਹੋਇਆ ਬਾਹਰ ਆ ਜਾਓ। ਅੱਜ ਕੀਤੀ ਆ ਅੱਲਾ ਕਿੱਥੇ ਜਾਵਾਂ? ਫਰਮਾਇਆ ਖਜੂਰ ਦੇ ਸਾਏ ਦੇ ਥੱਲੇ ਆ ਜਾਓ, ਉੱਥੇ ਆ ਕੇ ਈਸਾ ਨੂੰ ਜਨਮ ਦੇ। ਮੁਸਲਮਾਨੋ, ਕਿੰਨੀ ਮੁਹੱਬਤ ਦੀ ਬਾਤ ਏ, ਈਸਾ ਦੀ ਵਿਲਾਦਤ ਦਾ ਵੇਲਾ ਆਇਆ, ਹੁਕਮ ਹੋਇਆ ਬਾਹਰ ਆ ਜਾ, ਬਾਹਰ ਆ ਜਾ, ਬਾਹਰ ਆ ਜਾ, ਅਲੀ ਦੀ ਵਿਲਾਦਤ ਦਾ ਵੇਲਾ ਆਇਆ, ਹੁਕਮ ਹੋਇਆ ਅੰਦਰ ਆ ਜਾ, ਅੰਦਰ ਆ ਜਾ। ਮੁਸਲਮਾਨੋ, ਕਿੰਨੀ ਕੁ ਅਜ਼ਮਤ ਉਹ ਸ਼ਾਨ ਵਾਲਾ ਹੋਏਗਾ। ਅੱਲਾਹੁ ਅਕਬਰ ਕਬੀਰਾ। ਮੇਰੇ ਮੁਸਤਫਾ ਕਰੀਮ ਅਲੈਹਿ ਸਲਾਤੋ ਸਲਾਮ ਨੂੰ ਪਤਾ ਚੱਲਿਆ, ਅੱਲਾਹ ਤਾਲਾ ਨੇ ਵੀਰ ਅਤਾ ਕੀਤਾ, ਮੇਰੇ ਮੁਸਤਫਾ ਕਰੀਮ ਅਲੈਹਿ ਸਲਾਤੋ ਸਲਾਮ ਖਰਾਮਾ ਖਰਾਮਾ ਟੁਰ ਪਏ। ਆ ਕੇ ਜਦੋਂ ਘਰ ਪਹੁੰਚੇ, ਕਹਿੰਦੇ ਨੇ, ਚਾਚੀ ਜੀ ਮੇਰਾ ਵੀਰ ਮੇਰੀ ਗੋਦੀ 'ਚ ਰੱਖੋ। ਚਾਚੀ ਨੇ ਮੌਲਾ ਅਲੀ ਨੂੰ ਕਮਲੀ ਵਾਲੀ ਦੀ ਗੋਦੀ ਵਿੱਚ ਰੱਖਿਆ, ਨਾਲੇ ਛਮ ਛਮ ਰੋਂਦੀਆਂ ਪਈਆਂ ਨੇ। ਕਮਲੀ ਵਾਲੇ ਨੇ ਫਰਮਾਇਆ, ਚਾਚੀ ਜੀ ਕਿਸੇ ਦੇ ਘਰ